ਅਗਲਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਭਗਤ ਕਿਉਂ ਨਹੀਂ ਬਣ ਸਕੇ ਹੁਣ ਤਾਈ, ਉਹ ਆਪਣੀ ਲੁਕਾਉਣ ਵਾਸਤੇ ਜ਼ਿੰਮੇਵਾਰੀ ਰੱਬ ਤੇ ਸੁੱਟਦੇ ਨੇ ਸਾਰੇ। ਗੁਰਬਾਣੀ ਨਹੀਂ ਸੁੱਟਦੀ, ਉਹ ਕਹਿੰਦਾ ਪੈਰ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਗਾਫਲ ਹੈ ਇਹਨੇ ਪੈਰ ਕੁਹਾੜਾ ਮਾਰਿਆ, ਤੇਰੇ ਨਾਲ ਹਰ ਵਕਤ ਹੈਗਾ ਉਹ ਗਿਆਨ ਦੇਣ ਵਾਲਾ, ਤੂੰ ਲੈ ਮੈਂ ਤਾਂ ਦੇਵੇ, ਤੂੰ ਤਾਂ ਗਿਆਨ ਦੇਣ ਵਾਲੇ ਦਾ ਲੱਤਾਂ ਮਾਰਦਾ, ਉਹ ਤਾਂ ਦੂਰ ਰਹਿੰਦਾ, ਲੱਤ ਮਾਰਨ ਵਾਲੇ ਡੰਗਰ ਤਾਂ ਦੂਰ ਹੀ ਰਹਿੰਦਾ ਹੁੰਦਾ ਕੋਈ, ਉਹ ਤਾਂ ਦੂਰ ਹੀ ਰਹੂ ਤੇ ਫਿਰ ਕੀ ਕਰੂਗਾ ਉਹ। ਗਿਆਨ ਲੈਣ ਦਾ ਜੋ ਮੂਡ ਨਹੀਂ ਹੈ ਇਹਨਾਂ ਦਾ, ਗਿਆਨ ਲੈਣ ਦਾ ਮੂਡ ਹੁੰਦਾ ਗੁਰਬਾਣੀ ਪੜ੍ਹੇ ਤੇ ਪਤਾ ਲੱਗਦਾ ਵੀ ਅਸੀਂ ਗਲਤੀ ਕੀ ਹੈ ਸਾਡੇ 'ਚ, ਕੀ ਅਸੀਂ ਕਰਨਾ ਸੀ ਕੀ ਕਰਦੇ ਹਾਂ। ਗੁਰਬਾਣੀ ਨੂੰ ਸਮਝੇ ਆਪ ਸਿੱਧਾ, ਸਿੱਧਾ ਲਿੰਕ ਗੁਰਬਾਣੀ ਰੱਖੋ ਆਪ, ਦੂਏ ਤੇ ਸੁਣ ਕੇ ਵੀ ਫਿਰ ਆਪ ਖੋਜੋ, ਦੱਸਣ ਵਾਲੇ ਵੀ ਬਹੁਤ ਉਲਟ ਦੱਸ ਰਹੇ ਨੇ, ਆਪਣੀ ਗੱਲ ਵੀ ਉਲਟ ਲੱਗਦੀ ਹੋਵੇ ਕਿਸੇ ਨੂੰ, ਆਪ ਖੋਜ ਲਵੇ, ਆਪ ਖੋਜੇ ਨਾ, ਤਸੱਲੀ ਕਰੇ ਆਪਣੀ ਵੀ ਗੱਲ ਠੀਕ ਹੈ। ਮਕੀਨ ਉਹ ਮਕਾਨ ਅਪ੍ਰਮਾਣ ਤੇਜ ਮਾਨੀਐ, ਮਕੀਨ ਉਹ ਮਕਾਨ ਅਪ੍ਰਮਾਣ ਤੇਜ ਮਾਨੀਐ, ਅਪ੍ਰਮਾਣ ਤੇਜ ਮਾਨੀਐ, ਅਪ੍ਰਮਾਣ ਤੇਜ ਹੈ ਜਿਹੜਾ ਹਿਰਦੇ ਤੇਜ ਹੈ ਨਾ, ਮਕੀਨ ਮਕਾਨ, ਮਕਾਨ ਹਿਰਦੇ ਨੂੰ ਕਹਿੰਦੇ ਨੇ, ਉਹ ਮਕਾਨ ਕਹੇ ਤਾਂ ਉੱਥੇ ਘਰ ਕਿਹਾ ਹੋਇਆ, ਇਹ ਸਾਰਾ ਜਿਹੜਾ ਤੇਜ ਹੈ ਹਿਰਦੇ ਵਿੱਚ ਹੈ, ਜਿਹਦੀ ਗੱਲ ਕਰਦੇ ਹਾਂ ਪੂੰਜੀ ਦੀ ਇੱਕੋ ਜਿਹੀ ਲੈ ਕੇ ਆਏ, ਜਿਹੜਾ ਹਿਰਦੇ ਸਾਡੇ ਗਿਆਨ ਹੈ ਨਾ ਅੰਦਰ, ਉਹਦੀ ਗੱਲ ਹੈ ਬਾਹਰ ਜਾਇਦਾਦ ਦੀ ਗੱਲ ਨਹੀਂ, ਕਿ ਉਹ ਨਾਮ ਤੋਂ ਬਿਨਾਂ ਧਨ ਬਣਦੀ ਹੋਈ ਨਹੀਂ ਗੁਰਬਾਣੀ ਹੋਰ ਕਿਸੇ ਚੀਜ਼ ਨੂੰ, ਪੂੰਜੀ ਤਾਂ ਨਾਮ ਦੀ ਹੈ ਸਾਡੇ ਕੋਲ, ਨਾਮ ਗਿਆਨ ਹੁੰਦਾ, ਉਹ ਜਿਹੜੀ ਸੰਸਾਰ ਦੇ ਵਿੱਚ ਜਿਹੜਾ ਗਿਆਨ ਸਾਰੇ ਹੀ ਹੈ, ਉਹ ਹਿਰਦੇ 'ਚ ਹੈ ਤੁਹਾਡੇ, ਜਿਹਨੂੰ ਅਸੀਂ ਬਾਹਰਲਾ ਗਿਆਨ ਕਹਿੰਦੇ ਹਾਂ ਨਾ, ਸਾਰੇ ਸਰਵਵਿਆਪੀ ਹੈ, ਵਕੀਲ ਤਾਂ ਸਰਵਵਿਆਪੀ ਹੈ, ਸਰਵਵਿਆਪੀ ਬਾਹਰ ਦਾ ਪਤਾ ਨਹੀਂ ਲੱਗਣਾ, ਆਪਣੇ ਮਕਾਨ 'ਚੋਂ ਤਾਂ ਪਤਾ ਲੱਗੂਗਾ, ਹਿਰਦੇ 'ਚੋਂ ਤਾਂ ਪਤਾ ਲੱਗੂਗਾ ਨਾ, ਉਹ ਹਿਰਦੇ 'ਚ ਵੀ ਹੈ ਅੰਤਰਾਤਮਾ ਦੀ ਆਵਾਜ਼, ਅਪ੍ਰਮਾਣ ਤੇਜ ਮਾਨੀਏ, ਉਹ ਅਪ੍ਰਮਾਣ ਤੇਜ ਹੈ, ਉਹ ਤੇਜ ਦਾ ਕੋਈ ਬਾਹਰ ਪ੍ਰਮਾਣ ਨਹੀਂ ਹੈ, ਉਹ ਤੇਜ ਨੂੰ ਕਹਿ ਵੀ ਉਹੋ ਜਿਹਾ ਹੋਰ ਬਾਹਰ ਕੋਈ ਨਹੀਂ ਦੱਸ ਸਕਦੇ ਕੀ ਹੈ, ਉਹੋ ਜਿਹੀ ਰੋਸ਼ਨੀ ਹੋਰ ਕੋਈ ਨਹੀਂ ਹੈ, ਬਾਹਰ ਤਾਂ ਰੋਸ਼ਨੀ ਆ ਚੰਦ ਸੂਰਜ ਦੀ ਹੋਊਗੀ, ਬਿਜਲੀ ਦੀ ਹੋਜੂਗੀ, ਜੇ ਸੌ ਚੰਦਾ ਉਗ ਪਏ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਾ ਗੁਰਬਿਨ ਘੋਰ ਅੰਧਾਰ, ਗਿਆਨ ਤੇ ਬਿਨਾਂ ਹਨੇਰਾ, ਉਹ ਗਿਆਨ ਦਾ ਚਾਨਣ ਕਿਹਾ ਜਾਂਦਾ ਹੈ, ਅਪ੍ਰਮਾਣ ਤੇਜ ਹੈ, ਗਿਆਨ ਦਾ ਚਾਨਣ ਕਿਹਾ ਜਾਂਦਾ, ਹੁਣ ਕੀ ਦੱਸੀਏ ਕਿਹਾ ਜਾਂਦਾ, ਜਿਹਦੇ ਅੰਦਰੋਂ ਦੇਖ ਲਓ ਜਿੰਨਾ ਗਿਆਨ ਉਹ ਚਾਨਣੇ ਤੁਹਾਡੇ, ਗੱਲ ਆ ਕਹੀ ਹੋਈ ਹੈ, ਬਾਹਰ ਕੋਈ ਪ੍ਰਮਾਣ ਨਹੀਂ ਇਸ ਤੇਜ ਦਾ, ਇਸ ਤੇਜ ਦਾ ਬਾਹਰ ਕੋਈ ਸਾਡੇ ਕੋਲ ਪ੍ਰਮਾਣ ਨਹੀਂ ਹੈ ਵੀ ਇਹੋ ਜਿਹਾ ਹੁੰਦਾ ਹੈ, ਕਿਸੇ ਚੀਜ਼ ਨਾਲ ਤੁਲਨਾ ਕਰਕੇ ਨਹੀਂ ਦੱਸ ਸਕਦੇ, ਹੀਰੇ ਜਵਾਹਰ ਲਾਲ ਇਹਨਾਂ ਦੇ ਤੇਜ ਵਰਗਾ ਇਹੋ ਜਿਹਾ ਰੋਸ਼ਨੀ ਵਰਗੀ ਵੀ ਰੋਸ਼ਨੀ ਵੀ ਨਹੀਂ ਹੁੰਦੀ, ਉਹ ਆਪਣੀ ਕਿਸਮ ਦੀ ਰੋਸ਼ਨੀ ਹੈ ਬਸ, ਅੰਦਰ ਸਭ ਤੇ ਹੈਗੀ ਹੈ ਦੇਖ ਲਓ, ਉਹ ਬੁੱਧੀ ਉਹ ਰੋਸ਼ਨੀ ਦਾ ਹੀ ਨਾਂ ਹੈ ਸਾਡੀ, ਜਿਹੜੀ ਸਾਡੇ ਕੋਲ ਅਕਲ ਹੈ ਨਾ, ਉਹ ਰੋਸ਼ਨੀ ਦਾ ਨਾਂ ਹੈ ਅਕਲ ਹੈ, ਜੈ ਜੀ ਕਹਿੰਦੀ ਤੇਜ ਰੋਸ਼ ਅਕਲ ਹੈ, ਉਹ ਜੀ ਤੇਜ ਰੋਸ਼ਨੀ ਹੈ, ਜਿੰਨੀ ਤੇਜ ਅਕਲ ਹੈ ਉਨੀ ਉਹ ਤੇਜ ਰੋਸ਼ਨੀ ਹੈ, ਐਨੀ ਗੱਲ ਤੋਂ ਜ਼ਿਆਦਾ ਨਹੀਂ ਦੱਸ ਸਕਦੇ, ਬਾਹਰ ਕੀ ਹੈ ਦਿਖਾਉਣ ਨੂੰ, ਬਾਹਰ ਦਾ ਕੁਛ ਵੀ ਨਹੀਂ ਦਿਖਾਉਣ ਨੂੰ, ਅਪ੍ਰਮਾਣ ਤੇਜ ਹੈ, ਤੂੰ ਨਾ ਦੇਹ ਹੈ ਨਾ ਗੇਹ ਹੈ, ਨਾ ਦੇਹ ਹੈ ਨਾ ਗੇਹ ਹੈ, ਨਾ ਜਾਤ ਹੈ ਨਾ ਭਾਤ ਹੈ, ਉਹਦੀ ਤਾਂ ਦੇਹ ਕੋਈ ਨਹੀਂ ਹੈ, ਸਰੀਰ ਕੋਈ ਨਹੀਂ, ਬਾਹਰ ਸਾਰੇ ਦੇਹਾਂ ਨੇ ਘਰ ਨੇ, ਨਾ ਜਾਤ ਹੈ ਨਾ ਪਾਤ ਹੈ, ਨਾ ਜਾਤ ਹੈ ਨਾ ਪਾਤ ਹੈ, ਉਹ ਸਾਰਿਆਂ 'ਚ ਅਕਲ ਇੱਕੋ, ਦੇਖੋ ਨਾ ਅਕਲ ਤਾਂ ਸਾਰਿਆਂ ਦੇ ਵਿੱਚ ਹੀ ਹੈ, ਅਕਲ ਦੀ ਵੀ ਕੋਈ ਯਾਦ ਹੁੰਦੀ ਹੈ, ਅਕਲ ਦਾ ਵੀ ਕੋਈ ਘਰ ਹੁੰਦਾ, ਨਿਆਣੇ 'ਚ ਅਕਲ ਘੱਟ ਹੋਵੇ ਸਿਆਣੇ 'ਚ ਵੱਧ ਹੋਵੇ, ਸਿਆਣੇ 'ਚ ਘੱਟ ਹੋਵੇ ਨਿਆਣੇ 'ਚ ਵੱਧ ਹੋਵੇ, ਦੇਖੋ ਨਾ ਅੱਠਵੇਂ ਪਾਤਸ਼ਾਹ ਦੀ ਕਿੰਨੀ ਉਮਰ ਹੈ, ਭਗਤ ਭਗਤਾਂ ਦੇ ਵੀ ਛੋਟੀ ਛੋਟੀ ਉਮਰ ਦੇ ਭਗਤ ਨਹੀਂ, ਬਾਬਾ ਬੁੱਢਾ ਜੀ ਦੀ ਕਿੰਨੀ ਉਮਰ ਹੈ, ਉਹਨਾਂ ਨੇ ਛੋਟਿਆਂ ਨੂੰ
ਉਰਿਆਈ ਮਿਲਦੀ ਰਹੀ ਹੈ ਉਮਰ ਚ। ਇਹ ਤਾਂ ਏਦਾਂ ਹੀ ਚੱਲਦਾ ਹੈ। ਨਾ ਮੰਤਰ ਹੈ, ਨਾ ਮਿੱਤਰ ਹੈ, ਨਾ ਤਾਤ ਹੈ, ਨਾ ਮਾਤ ਹੈ। ਨਾ ਮੰਤਰ ਹੈ, ਨਾ ਮਿੱਤਰ ਹੈ, ਨਾ ਮਿੱਤਰ ਹੈ। ਮਿੱਤਰ ਨੀ ਹੁਣ ਬਿਰਤ ਹੁਣ ਬਿਰਤ ਤੱਤੇ ਨੂੰ ਬਣਾ ਲੈ। ਨਾ ਮੰਤਰ ਹੈ, ਨਾ ਮਿੱਤਰ ਹੈ, ਚਲੋ ਨਾ ਤਾਤ ਹੈ, ਨਾ ਮਾਤ ਹੈ। ਮਿੱਤਰ ਹੈ ਉਹਦਾ ਮਿੱਤਰ ਨਹੀਂ ਹੋ ਸਕਦਾ, ਬਿਰਤ ਹੋਣਾ ਚਾਹੀਦਾ। ਮਿੱਤਰ ਤਾਂ ਸਾਰਾ ਉਹਨੂੰ ਬਣਿਆ ਹੋਇਆ ਮਿੱਤਰ ਤਾਂ, ਜੇ ਤੂੰ ਮਿੱਤਰ ਆ ਸਾਡਾ ਮਿੱਤਰ ਤਾਂ ਹੈ ਉਹ, ਮਿੱਤਰ ਨਹੀਂ ਗਲਤ ਮਿਸਪ੍ਰਿੰਟ ਹੋਇਆ, ਸਭ ਕੋ ਮੀਤ ਹੈ। ਬਿਰਤ ਹੋਣਾ ਚਾਹੀਦਾ, ਰਾਰਾ ਬੰਬੇ ਨੂੰ ਲੱਗਣਾ ਚਾਹੀਦਾ, ਤੱਤਾ ਮੁਕਤਾ ਚਾਹੀਦਾ। ਬਿਰਤ ਨਹੀਂ ਹੈ, ਮੌਤ ਨਹੀਂ ਹੈ ਉਹ, ਕਹਾਂ ਆਊਗਾ ਮੌਤ ਨਹੀਂ ਹੈ ਤੂੰ, ਤਾਤ ਹੈ ਨਾ ਮਾਤ ਹੈ। ਮੌਤ ਨਹੀਂ ਹੈ ਤੂੰ, ਕੋਈ ਮੌਤ ਕਹੇ ਮੌਤ ਹੈ ਉਹ, ਮੌਤ ਕੋਈ ਚੀਜ਼ ਨਹੀਂ ਹੁੰਦੀ ਤੇਰੀ। ਨਾ ਮੰਤਰ ਹੈ, ਨਾ ਤਾਂ ਤੂੰ ਕੋਈ ਮੰਤਰ ਹੈ, ਨਾ ਤੇਰੀ ਮ੍ਰਿਤਿਊ ਹੈ, ਨਾ ਤਾਤ ਹੈ ਨਾ ਮਾਤ ਹੈ, ਨਾ ਤਾਤ ਹੈ ਨਾ ਮਾਤ ਹੈ, ਨਾ ਤਾਤ ਮਾਤ ਹੈ ਕੋਈ, ਨਾ ਅੰਗ ਹੈ, ਨਾ ਰੰਗ ਹੈ, ਨਾ ਸੰਗ ਹੈ, ਨਾ ਸੰਗ ਸਾਥ ਨੇਹ ਹੈ। ਨਾ ਅੰਗ ਹੈ, ਨਾ ਰੰਗ ਹੈ, ਨਾ ਰੰਗ ਹੈ, ਨਾ ਸੰਗ ਸਾਥ ਨੇਹ ਹੈ, ਨਾ ਸੰਗ ਸਾਥ ਨੇਹ ਹੈ। ਜਿਹੜਾ ਤੇਰਾ ਸੰਗ ਸਾਥ ਹੈ ਨਾ, ਸੰਗ ਸਾਥ ਜਿਵੇਂ ਸਰੀਰ ਹੈ, ਜੇ ਸੰਗ ਸਾਥ ਹੈ ਕੋਈ, ਜੇ ਭਗਤਾਂ ਭਗਤਾਂ 'ਚ ਵੀ ਇਹੀ ਗੁਣ ਨੇ, ਆ ਜਿਹੜੇ ਗੁਣ ਨੇ ਭਗਤ ਦੇ ਗੁਣ ਨੇ, ਅਸਲ 'ਚ ਇੱਕ ਆ ਜਿਹੜਾ ਜਿਹੜਾ ਸਰੀਰ ਹੈ ਤੇਰੇ ਸੰਗ ਸਾਥ, ਇਹਦੇ ਨਾਲ ਨਿਊ ਨਹੀਂ ਹੈ ਫਿਰ ਤੇਰਾ ਸੰਗ ਸਾਥ ਨੇ ਹੈ। ਸਰੀਰ ਸੰਗ ਹੈ ਨਾ, ਸਰੀਰ ਜਿਹੜਾ ਸੰਗ ਹੈ ਇਹਦੇ ਨਾਲ ਵੀ ਨਹੀਂ ਫਿਰ ਨਿਉ ਹੈ। ਬਿਰਤਰ ਨਹੀਂ, ਬਿਰਤਰ ਨਹੀਂ ਚਾਹੀਦਾ ਉੱਥੇ, ਬਿਰਤੇ ਚਾਹੀਦੀ ਹੈ। ਨਾ ਦੋਖ ਹੈ, ਨਾ ਦਾਗ ਹੈ, ਬਿਰਤ ਜਦ ਬਿਰਤ ਨਹੀਂ ਨਾ ਹੈ ਉਹਨੂੰ ਭਗਤ ਨੂੰ, ਬਿਰਤੂ ਤਾਂ ਗਾਂ ਚਲਾ ਗਿਆ, ਜਨਮ ਪਦਾਰਥ ਮਿਲ ਗਿਆ, ਜਨਮ ਪਦਾਰਥ ਫਿਰ ਸਰੀਰ ਜਿਹੜਾ ਇਹਦੇ ਨਾਲ ਨਹੀਂ ਰਹਿੰਦਾ, ਇਹਦੇ ਨਾਲ ਨਹੀਂ। ਬਹੁਤ ਜ਼ਿਆਦਾ ਪੜਤਾ ਲਾਤੀਆਂ ਉੱਥੋਂ, ਜਿਹੜੀ ਗੱਲ ਆਪਾਂ ਸਮਝ ਕੇ ਆਏ ਹਾਂ ਨਾ, ਆਦ ਤੋਂ ਜ਼ਿਆਦਾ ਪੜਤਾ ਲਾ ਕੇ ਸੌਖੇ ਤਰੀਕੇ ਨਾਲ ਸਮਝਾਇਆ ਹੋਇਆ, ਕਲੀਅਰ ਕੀਤਾ ਹੋਇਆ, ਤਾਂ ਕਿ ਪਿੱਛੇ ਜੇ ਕੋਈ ਗਲਤੀ ਰਹਿ ਗਈ ਹੋਵੇ ਕਿਤੇ ਸਮਝਣ ਦੇ ਵਿੱਚ, ਇੱਥੇ ਆ ਕੇ ਭੁਲੇਖਾ ਚੱਕਿਆ ਜਾ। ਨਾ ਸੰਗ ਸਾਥ ਨੇ ਹੈ, ਸੰਗ ਸਾਥ ਆ ਜਿਹੜਾ ਸਰੀਰ ਹੈ, ਸੰਗ ਸਾਥ ਕੀ ਹੁੰਦਾ, ਸਰੀਰ ਹੈ ਸੰਗ ਸਾਥ, ਇਹਦਾ ਅੰਡੇ ਕਿੱਥੇ, ਸੰਗ ਤਾਂ ਫਿਰ ਸਰੀਰ ਰਹਿ ਗਿਆ, ਹੋਰ ਕੀ ਹੈ, ਇਹਦਾ ਵੀ ਮੋਹ ਨਹੀਂ ਹੈ। ਨਾ ਦੋਖ ਹੈ, ਨਾ ਦਾਗ ਹੈ, ਨਾ ਦੋਖ ਹੈ, ਨਾ ਦਾਗ ਹੈ, ਨਾ ਕੋਈ ਔਗਣ ਹੈ, ਨਾ ਕੋਈ ਦਾਗ ਹੈ, ਨਾ ਦਵੈਖ ਹੈ, ਨਾ ਦੇਹ ਹੈ, ਨਾ ਦੁਖ ਹੈ, ਨਾ ਦੇਹ ਹੈ, ਨਾ ਦਵੈ ਤਾਂ ਅੰਦਰ ਦੁਸ਼ ਭਾਵਨਾ ਹੈ, ਨਾ ਸਰੀਰ ਹੈ ਕੋਈ। ਇਹ ਸਾਰਾ ਨਕਸ਼ਾ ਭਗਤ ਦਾ ਹੈ, ਭਗਉਤੀ ਦੀ ਗੱਲ ਚੱਲਦੀ ਹੈ ਨਾ ਵਿੱਚ, ਗੱਲ ਤਾਂ ਭਗਉਤੀ ਦੀ ਚੱਲਦੀ, ਗਾਹਾਂ 'ਤੇ ਲੈ ਕੇ ਭਗਤ 'ਤੇ ਲੈ ਕੇ ਗੱਲ ਛੱਡਦੀ, ਉਹ ਆਪਣੀ ਗੱਲ ਕਰ ਰਹੇ ਨੇ ਨਾ ਹੁਣ, ਵੀ ਮੇਰਾ ਸਰੀਰ ਨਾਲ ਮੋਹ ਨਹੀਂ ਹੈ, ਨਾ ਸੰਗ ਸਾਥ ਨਹੀਂ ਹੈ, ਨਾ ਸੰਗ ਸਾਥ ਨਹੀਂ, ਆਪਣੀ ਗੱਲ ਕਰ ਰਹੇ ਨੇ, ਇਸ ਅਵਸਥਾ ਵਿੱਚ ਇਹ ਹੁੰਦਾ।